हर तरह की तरह इस बार भी आके बहुत चंगा लग्या। दसे गुरु पीर पैगंबर मेहर करन सबनों चढ़दी कला बख्शन। ए दो तो फिल्मा रेडी ने सुचा सुरमा एंड उच्चा दर बाबे नानक का। ਇਹ ਕੈਨੇਡਾ ਦੇ ਵਿੱਚ ਸ਼ੂਟ ਹੋਈ ਹੈ ਜੀ ਮੈਕਸੀਮਮ ਫਿਲਮ ਜਿਹੜੀ ਪਰਸੋਂ ਹੀ ਕੰਪਲੀਟ ਹੋਈ ਹੈ। ਕੱਲ੍ਹ ਫਲਾਈਟ ਲੈ ਕੇ ਮੈਂ ਇੱਥੇ ਆਇਆ। ਸਮਾਜ ਨੂੰ ਮੈਸੇਜ ਦੇਣ ਵਾਲੇ ਸੌਂਗ ਜਿਵੇਂ ਦਾ ਮੈਂ ਪਹਿਲਾਂ ਜਿੰਨੀਆਂ ਐਲਬਮਸ ਕੀਤੀਆਂ ਇਹ ਮੇਰੀ 17ਵੀਂ ਐਲਬਮ ਹੋਏਗੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਅੱਜ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਆ ਕੇ ਜਿਵੇਂ ਹਰ ਵਾਰ ਦੀ ਤਰ੍ਹਾਂ ਸਕੂਨ ਮਿਲਦਾ ਉਸੇ ਤਰ੍ਹਾਂ ਸਕੂਨ ਮਿਲਿਆ। दर्शन किए दरबार साहब दे और संगत दे और बहुत चंगा लग्या। और तुहानू सारयां नू भी इत्थे आउण दा जो भी मैं तुहानू बेनती करदा क्योंकि ये वो दरबार है जिहड़ा दरबार असीं कोई भी मन्नत सुख मंगदे हाँ साडी हर मुराद पूरी हुंदी है। और मालक दे चरणां दे विच जुड़ के रहना इंसान एक मालक दा सिरजिया होया जिहड़ा इंसान है वो मालक दे चरणी लगा रहे तो बहुत चंगी गल है। तो अज हर तरह की तरह इस बार भी आके बहुत चंगा लगा। और मैं दुआ करदा कि पूरा जो हजूम है कोई कुल कायनात के उपे बाबा नानक गुरु रामदास दसे गुरु पीर पैगंबर मेहर करन सबनों चढ़दी कला बख्शन सबनों खुशियां बख्शन कि सदा हर एक बंदा सलामत रहे चढ़दी कला दे विच रहे। वाहिगुरू जी का खालसा ਵਾਹਿਗੁਰੂ ਜੀ ਕੀ। ਇਹ ਨਵਾਂ ਜੀ ਐਲਬਮ ਇਹ ਦੋ ਤੇ ਫਿਲਮਾਂ ਰੈਡੀ ਨੇ ਸੁੱਚਾ ਸੂਰਮਾ ਐਂਡ ਉੱਚਾ ਦਰ ਬਾਬੇ ਨਾਨਕ ਦਾ। ਫਿਲਮ ਜਿਹੜੀ ਉਹਦੀ ਸ਼ੂਟਿੰਗ ਕੰਪਲੀਟ ਹੋ ਗਈ ਹੈ। ਯੋਗਰਾਜ ਜੀ ਦੇਵ ਖਰੌੜ ਮੋਨਿਕਾ ਗਿੱਲ ਈਸ਼ਾ ਰਿਖੀ ਔਰ ਮੈਂ ਬਹੁਤ ਅੱਛੀ ਟੀਮ ਆ ਜੀ। ਔਰ ਤਰਨਵੀਰ ਜਗਪਾਲ ਸਾਹਿਬ ਦੀ ਡਾਇਰੈਕਸ਼ਨ ਹੈ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਫਿਲਮ ਜਿਹੜੀ ਹੈ ਸ਼ੂਟ ਕੀਤੀ ਹੈ। ਉਹਨਾਂ ਦੀ ਡਾਇਰੈਕਸ਼ਨ ਪਹਿਲਾਂ ਵੀ ਰੱਬ ਦਾ ਰੇਡੀਓ 1 ਰੱਬ ਦਾ ਰੇਡੀਓ 2 ਦਾਣਾ ਪਾਣੀ ਵਰਗੀਆਂ ਬਹੁਤ ਵੱਡੀਆਂ ਫਿਲਮਾਂ ਉਹਨਾਂ ਨੇ ਦਿੱਤੀਆਂ। ਅਤੇ ਕੈਨੇਡਾ ਦੇ ਵਿੱਚ ਸ਼ੂਟ ਹੋਈ ਹੈ ਜੀ ਮੈਕਸੀਮਮ ਫਿਲਮ ਜਿਹੜੀ ਪਰਸੋਂ ਹੀ ਕੰਪਲੀਟ ਹੋਈ ਹੈ। ਕੱਲ੍ਹ ਫਲਾਈਟ ਲੈ ਕੇ ਮੈਂ ਇੱਥੇ ਆਇਆ। ਅਤੇ ਇਹ ਫਿਲਮਾਂ ਨੇ ਜੀ ਅਤੇ ਇੱਕ ਕੈਸੇਟ ਐਲਬਮ ਜਿਹੜੀ ਜਿਹਦੇ ਵਿੱਚ 13 ਗੀਤ ਇਹ ਮੇਰੇ ਆ ਰਹੇ ਹੈ। ਇਹਦਾ ਟਾਈਟਲ ਹੈ ਭੰਗੜੇ ਦਾ ਕਿੰਗ। ਉਹਦੇ ਵਿੱਚ ਫੋਕ ਸੌਂਗ ਪੋਪ ਸੌਂਗ ਭੰਗੜਾ ਨੱਚਣ ਕੁੱਦਣ ਵਾਲੇ ਸੌਂਗ ਸਮਾਜ ਨੂੰ ਮੈਸੇਜ ਦੇਣ ਵਾਲੇ ਸੌਂਗ ਜਿਵੇਂ ਦਾ ਮੈਂ ਪਹਿਲਾਂ ਜਿੰਨੀਆਂ ਐਲਬਮਸ ਕੀਤੀਆਂ ਇਹ ਮੇਰੀ 17ਵੀਂ ਐਲਬਮ ਹੋਏਗੀ ਜੀ। ਔਰ ਮੈਂ ਆਸ ਕਰਦਾ ਕਿ ਜਿਹੜੀ ਸੰਗਤ ਹੈ ਇਸ ਐਲਬਮ ਨੂੰ ਵੀ ਬਹੁਤ ਸਾਰਾ ਪਿਆਰ ਦਊਗੀ। ਅਤੇ ਇੱਕ ਵਾਰੀ ਫਿਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਨੌਜਵਾਨ ਜੀ ਮੈਂ ਤੁਹਾਨੂੰ ਦੱਸਦਾ ਜੀ ਨੌਜਵਾਨ ਇਹ ਨਹੀਂ ਗਾ ਵੀ ਨੌਜਵਾਨੀ ਜਿਹੜੀ ਆ ਉਹ ਬਹੁਤ ਅੱਛੇ ਬੱਚੇ ਵੀ ਆ ਜਿਹੜੇ ਬੜੀ ਮਿਹਨਤ ਕਰਦੇ ਆ ਚੰਗੀ ਸਟੱਡੀ ਕਰਦੇ ਆ ਚੰਗੀ ਸੋਚ ਰੱਖਦੇ ਆ ਵਰਲਡਵਾਈਡ। ਇਹ ਜਿਹੜਾ ਥੋੜ੍ਹਾ ਨਸ਼ਿਆਂ ਦੀ ਇੱਕ ਮੈਂ ਕਹਿ ਸਕਦਾ ਲੱਤ ਇਹ ਇਕੱਲੇ ਪੰਜਾਬ 'ਚ ਹੀ ਨਹੀਂ ਅਸੀਂ ਆਏ ਹਾਂ ਵੀ ਚਲੋ ਸਾਨੂੰ ਪੰਜਾਬ ਦਾ ਜ਼ਿਆਦਾ ਫਿਕਰ ਆ ਅਸੀਂ ਪੰਜਾਬੀ ਹਾਂ ਅਸੀਂ ਪੰਜਾਬ ਦੀ ਸਲਾਮਤੀ ਚਾਹੁੰਦੇ ਹਾਂ ਪਰ ਨਸ਼ਾ ਜਿਹੜਾ ਹੈ ਜੇ ਕਰਨਾ ਉਹਨੇ ਕਰਨਾ ਹੀ ਹੈ ਜੀ। ਪਰ ਇਹ ਵਰਲਡਵਾਈਡ ਇੱਕ ਹਵਾ ਵਗੀ ਹੋਈ ਹੈ ਇਕੱਲੇ ਪੰਜਾਬ ਦਾ ਯੂਥ ਨਹੀਂ ਜੇ ਅਸੀਂ ਕਿਉਂਕਿ ਅਸੀਂ ਸਾਰਾ ਵਰਲਡ ਘੁੰਮਦੇ ਹਾਂ ਜੀ ਅਸੀਂ ਬਾਹਰ ਵੀ ਦੇਖਦੇ ਹਾਂ। ਹੁਣ ਸਰੀ ਦੇ ਵਿੱਚ ਇੱਥੇ ਵੈਨਕੂਵਰ ਸਰੀ ਸੁਣਨ ਨੂੰ ਮਿਲਦਾ ਵੀ ਉੱਥੇ ਗੋਲੀਆਂ ਚੱਲਦੀਆਂ ਆਇਆ ਹੁੰਦਾ ਪਰ ਅਸੀਂ ਉੱਥੇ ਮੈਂ 34 ਸਾਲ ਤੋਂ ਰਹਿੰਦਾ ਜੀ। ਹੁਣ ਬਹੁਤ ਸਾਰੇ ਸਿੰਗਰ ਚਲੋ ਹੁਣ ਹਿੱਟ ਹੋਣ ਤੋਂ ਬਾਅਦ ਗਏ ਆ ਅਸੀਂ ਉੱਥੇ ਜਾ ਕੇ ਖੋਰੀ ਵੀ ਖੋਤੀ ਆ ਸਟਰਗਲ ਵੀ ਕੀਤੀ ਆ ਔਰ ਮੈਂ 7-8 ਸਾਲ ਲੇਬਰ ਡਬਲ ਸ਼ਿਫਟਾਂ ਕੰਮ ਕੀਤਾ ਉੱਥੇ ਸਟਰਗਲ ਕਰਕੇ ਗਾਇਕੀ ਦੇ ਖੇਤਰ 'ਚ ਆਏ ਲੋਕਾਂ ਨਾਲ ਪਿਆਰ ਮੁਹੱਬਤ ਦਿੱਤਾ ਅਸੀਂ ਉੱਥੇ ਸਾਰਾ ਕੁਝ ਦੇਖਿਆ। ਸਰੀ ਦੇ ਵਿੱਚ ਵੀ ਉਨੀ ਕੀ ਰੇਸ਼ੋ ਆ ਜਿੰਨੀ ਪੂਰੇ ਵਰਲਡ ਦੇ ਵਿੱਚ। ਔਰ ਮੈਂ ਫਿਰ ਵੀ ਦੁਆ ਕਰਦਾ ਔਰ ਪੇਰੈਂਟਸ ਨੂੰ ਮੈਂ ਇਹ ਬੇਨਤੀ ਕਰਦਾ ਕਿ ਬੱਚਿਆਂ ਨੂੰ ਆਪਣੇ ਕਲਚਰ ਪ੍ਰਤੀ ਆਪਣੀ ਮਾਂ ਬੋਲੀ ਪ੍ਰਤੀ ਜੋੜੋ ਕਿ ਸਾਡੇ ਬੱਚਿਆਂ ਨੂੰ ਸਾਡੇ ਕਲਚਰ ਦਾ ਪਤਾ ਲੱਗੇ ਔਰ ਆਪਣੀ ਜੜ੍ਹਾਂ ਦੇ ਨਾਲ ਜੁੜ ਕੇ ਰਹਿਣ। ਔਰ ਜਦੋਂ ਬੱਚਾ ਜਿਹੜਾ ਬੱਚਾ ਭਟਕ ਜਾਂਦਾ ਆਪਣੀ ਟੀਨ ਏਜ ਦੇ ਵਿੱਚ ਉਹ ਸੁਸਾਇਟੀ ਗਲਤ ਹੋ ਜਾਏ ਉਹ ਬੱਚੇ ਦਾ ਮੁੜਨਾ ਔਖਾ ਹੋ ਜਾਂਦਾ ਜੇ ਬੱਚੇ ਦਾ ਵੀ ਫੋਲਟ ਨਹੀਂ ਹੁੰਦਾ ਸੁਸਾਇਟੀ ਉੱਦਾਂ ਦੀ ਹੋ ਜਾਂਦੀ ਆ। ਜਿਹੜੀ ਟੀਨ ਏਜ ਹੁੰਦੀ ਹੈ ਸਾਡੇ ਸਾਰੇ ਪੇਰੈਂਟਸ ਦਾ ਸਾਡਾ ਫਰਜ਼ ਬਣਦਾ ਕਿ ਅਸੀਂ ਬੱਚਿਆਂ ਨੂੰ ਉਦੋਂ ਬੱਚਿਆਂ ਦੀ ਉਂਗਲ ਫੜ ਕੇ ਰੱਖੀਏ ਅਤੇ ਆਪਣਾ ਥਾਪੜਾ ਉਹਨਾਂ ਦੇ ਅਸੀਂ ਮੋਢਿਆਂ ਦੇ ਕੰਧਿਆਂ 'ਤੇ ਰੱਖੀਏ ਸਿਰ 'ਤੇ ਹੱਥ ਰੱਖੀਏ ਅਤੇ ਤਾਂ ਕਿ ਬੱਚੇ ਜਿਹੜੇ ਸਾਡੇ ਨਾਲ ਜੁੜੇ ਰਹਿਣ। ਅਤੇ ਔਰ ਮੈਂ ਸਾਰੇ ਕੁੱਲ ਜਗਤ ਦੀ ਸਲਾਮਤੀ ਚਾਹੁੰਦਾ ਔਰ ਕੁੱਲ ਦੁਨੀਆ ਜਿਹੜੀ ਚੜ੍ਹਦੀ ਕਲਾ 'ਚ ਰਹੇ ਔਰ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਆ ਅਤੇ ਚੜ੍ਹਦੀ ਕਲਾ 'ਚ ਰਹਿਣੇ ਆ ਜੀ। ਸਾਰਿਆਂ ਨੇ ਜਿਹੜੀ ਮੇਰੀ ਐਲਬਮ ਆ ਭੰਗੜੇ ਦਾ ਕਿੰਗ ਉਹਨੂੰ ਪਿਆਰ ਦਿਓ
और मैं आस है कि तुम बहुत सारे गीतों पसंद करोगे, सारे गीतों पसंद करोगे, क्योंकि वो पंजाब जड़ां की गल हुई है, पंजाबी माँ बोली की गल हुई है, मोड़ी मोड़ी जवाना पंजाबी बोली तुरी जाती है। ये तुम नवा गाना वो सुनोगे, क्योंकि जिन्ना के गाने मैं पहला तो गाए आ उमें जोड़ा कि मिक्स आ वह मिक्सचर बना के असं पेश किया, और मैं पूरा आस है कि तुम पसंद करोगे। एक बार फिर तुहाडा सब का वेलकम, तुहाडा सब का धन्यवाद, तुसीं इत्थे सानूं अज कैप्चर किया, तुसीं इस मेरी गल नूं दुनिया दे विच लैके जाणा, तुहाडा समुची टीम का सारे मीडिया का बहुत बहुत धन्यवाद जी। एक बार फिर वाहिगुरू जी का खालसा, वाहिगुरू जी की।